ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਗਨਦੀਪ ਸਿੰਘ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਵੀਡੀਓ ਵੇਖਣ ਤੋਂ ਬਾਅਦ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਦਬਲੋ ਤਾਂ ਕਿ ਤੁਹਾਨੂੰ ਸਾਡੀਆਂ ਨਵੀਆਂ ਅਪਡੇਟਸ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਦਾ ਟਿਊਟੋਰੀਅਲ ਹੈਗਾ ਪਟਿਆਲਾ ਸ਼ਹੀ 6 ਪੇਚਾਂ ਵਾਲੀ ਦਸਤਾਰ ਜਿਹੜੀ ਵੀਡੀਓ ਵਿੱਚ ਦਸਤਾਰ ਸਜਾਈ ਜਾ ਰਹੀ ਹੈ ਉਸ ਦੀ ਲੈਂਥ ਹੈਗੀ ਆ 8 ਮੀਟਰ ਤੇ ਰੂਬੀਆ ਕਪੜਾ ਆਪਾਂ ਯੂਜ਼ ਕੀਤਾ ਆ ਸਿੰਪਲ ਪੂਣੀ ਪੂਣੀ ਦਾ ਟਿਊਟੋਰੀਅਲ ਆਪਣੇ ਚੈਨਲ ਤੇ ਪਹਿਲਾਂ ਹੀ ਅਪਲੋਡ ਆ ਤੇ ਚੈਨਲ ਤੇ ਵਿਜ਼ਿਟ ਕਰਕੇ ਤੁਸੀਂ ਪੂਣੀ ਦਾ ਟਿਊਟੋਰੀਅਲ ਦੇਖ ਸਕਦੇ ਹੋ ਦਸਤਾਰ ਸਜਾਉਣ ਲਈ ਸਿੰਪਲ ਪੂਣੀ ਕਰਨੀ ਹੈ ਬੇਸ ਦਾ ਟਿਊਟੋਰੀਅਲ ਵੀ ਆਪਣੇ ਚੈਨਲ ਤੇ ਆ ਜਿਹੜੀ ਦਸਤਾਰ ਸ਼ੁਰੂ ਕਰਨ ਲੱਗੇ ਆਪਾਂ ਸਭ ਤੋਂ ਪਹਿਲਾਂ ਲੜ ਨੂੰ ਪੂਣੀ ਜਿਹੜੀ ਕੀਤੀ ਆ ਉਸ ਦਾ ਇੱਕ ਕਿਨਾਰਾ ਮੂੰਹ ਵਿੱਚ ਫੜ ਕੇ ਦਸਤਾਰ ਨੂੰ ਬੈਕ ਸਾਈਡ ਤੋਂ ਫਰੰਟ ਤੇ ਲਿਆਉਣਾ ਹੈ ਸਿਰ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਫਰੰਟ ਤੇ ਲਿਆ ਕੇ ਜਿਹੜੀ ਆਪਾਂ ਪੂਣੀ ਕੀਤੀ ਆ ਉਸ ਨੂੰ ਬਿਲਕੁਲ ਸਾਫ਼ ਕਰਕੇ ਹਾਫ ਜਿਹੜਾ ਆਪਾਂ ਕੱਪੜਾ ਹੈ ਉਹ ਆੱਖ ਵਾਲੀ ਸਾਈਡ ਤੋਂ ਅੰਦਰਲੀ ਸਾਈਡ ਨੂੰ ਫੋਲਡ ਕਰਦੇ ਨੇ ਤਾਂ ਕਿ ਜਿਹੜਾ ਆਪਣਾ ਲੜ ਥੋੜਾ ਜਿਹਾ ਮੋਟਾ ਹੋ ਜੇ ਤੇ ਜਦੋਂ ਆਪਾਂ ਲੜ ਫੋਲਡ ਕਰਦੇ ਆ ਉਹਦੇ ਵਿੱਚ ਸਫਾਈ ਹੋਰ ਆ ਜਾਂਦੀ ਹੈ ਕਲੈਰਿਟੀ ਲੜ ਦੀ ਹੋਰ ਵਧ ਜਾਂਦੀ ਆ ਤੇ ਜਦੋਂ ਆਪਾਂ ਡਬਲ ਕਰਦੇ ਆ ਉਸ ਦਾ ਰੀਜ਼ਨ ਇੱਕ ਇਹ ਆ ਜਦੋਂ ਆਪਾਂ ਦਸਤਾਰ ਸਜਾ ਲਈ ਪੂਰੀ ਕੰਪਲੀਟ ਉਸ ਤੋਂ ਬਾਅਦ ਜਿਹੜੀ ਦਸਤਾਰ ਦੇ ਪਹਿਲੇ ਲੜ ਵਿੱਚ ਵੱਟ ਪੈ ਜਾਂਦੇ ਨੇ ਜਾਂ ਫਿਰ ਉਹ ਜਿਹੜਾ ਲੜ ਆੱਖਾਂ ਤੋਂ ਖਿਸਕੀ ਜਾਂਦਾ ਜਦੋਂ ਤੁਸੀਂ ਲੜ ਨੂੰ ਡਬਲ ਕਰ ਲਓਗੇ ਉਹ ਬਾਅਦ ਦੇ ਵਿੱਚ ਆਪਣਾ ਦਸਤਾਰ ਦਾ ਸਜਾਇਆ ਹੋਇ ਜਿਹੜਾ ਨੈਕਸਟ ਲੜ ਲਾਉਣਾ ਜਿਹੜਾ ਪਹਿਲਾ ਲੜ ਲਗਾਇਆ ਸੀ ਉਸ ਤੇ ਬਿਲਕੁਲ ਨਾਲ ਤੋਂ ਹੀ ਬੈਕਸਾਈਡ ਤੋਂ ਲਿਆਉਣਾ ਤੇ ਫਰੰਟ ਤੇ ਲਿਆ ਕੇ ਕਿਸ ਤਰੀਕੇ ਨਾਲ ਟਵਿਸਟ ਕਰਨਾ ਹੈ ਉਹ ਤੁਸੀਂ ਫਰੰਟ ਦੇ ਵਿੱਚ ਵੇਖ ਰਹੇ ਹੋ ਕਿਸ ਤਰੀਕੇ ਨਾਲ ਪਿੰਚ ਕਰਨਾ ਹੈ ਕਿਸ ਤਰੀਕੇ ਨਾਲ ਮੋੜਨਾ ਹੈ ਵੀਡੀਓ ਨੂੰ ਧਿਆਨ ਨਾਲ ਵੇਖਿਓ ਇੱਕ ਵਾਰੀ ਫੋਲਡ ਕੀਤਾ ਸੈਕੰਡ ਟਾਈਮ ਟਵਿਸਟ ਕਰਨ ਤੋਂ ਪਹਿਲਾਂ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਤੇ ਦੂਜੀ ਵਾਰੀ ਟਵਿਸਟ ਕਰਕੇ ਲੜ ਨੂੰ ਹਲਕੇ ਜਿਹਾ ਗੈਪ ਤੇ ਪਹਿਲੇ ਲੜ ਨਾਲੋਂ ਹਲਕੇ ਜਿਹਾ ਗੈਪ ਦੇ ਕੇ ਲੜ ਨੂੰ ਲਗਾ ਦੇਣਾ ਚੰਗੀ ਤਰ੍ਹਾਂ ਸਾਫ਼ ਕਰਕੇ ਜਦੋਂ ਆਪਾਂ ਲੜ ਦੇ ਉੱਪਰ ਬਾਅਦ ਵਿੱਚ ਲੜ ਲਗਾਉਣ ਤੋਂ ਬਾਅਦ ਹੱਥ ਫੇਰ ਦਿੰਨੇ ਆ ਉਸ ਦੇ ਨਾਲ ਜਿਹੜੇ ਆਪਣੇ ਦਸਤਾਰ ਦੇ ਜਿਹੜੇ ਪੇਚ ਦੇ ਵਿੱਚ ਜਿਹੜੇ ਵੱਟ ਹੁੰਦੇ ਨੇ ਉਹ ਚੰਗੀ ਤਰ੍ਹਾਂ ਨਿਕਲ ਜਾਂਦੇ ਨੇ ਸੋ ਪੇਚ ਲਾਉਣ ਤੋਂ ਬਾਅਦ ਹੱਥ ਜ਼ਰੂਰ ਮਾਰ ਲਿਓ ਤੁਹਾਨੂੰ ਕੁਝ ਨਾ ਕੁਝ ਡਿਫਰੈਂਸ ਦੇਖਣ ਨੂੰ ਜ਼ਰੂਰ ਮਿਲੇਗਾ ਨੈਕਸਟ ਲੜ ਉਸੇ ਤਰੀਕੇ ਨਾਲ ਜਿਵੇਂ ਆਪਾਂ ਪਿਛਲਾ ਲੜ ਲਗਾਇਆ ਬੈਕ ਸਾਈਡ ਤੋਂ ਲਿਆਉਣਾ ਬਟ ਜਿਹੜਾ ਆਪਣਾ ਪਿਛਲਾ ਲੜ ਲਗਾਇਆ ਉਸ ਤੋਂ ਹਲਕੇ ਜਿਹੇ نیچے ਥੋੜੇ ਜੇ ਗੈਪ ਤੇ نیچے ਲੜ ਲਗਾਉਣਾ ਤੇ ਫਰੰਟ ਤੇ ਉਸੇ ਜਗ੍ਹਾ ਤੇ ਮੋੜਨਾ ਜਿੱਥੇ ਆਪਾਂ ਸੈਕੰਡ ਲੜ ਆਪਣਾ ਮੋੜਿਆ ਸੀ ਉਸੇ ਤਰੀਕੇ ਨਾਲ ਇੱਕ ਵਾਰੀ ਫੋਲਡ ਕੀਤਾ ਦੂਜਾ ਟਵਿਸਟ ਕਰਨ ਤੋਂ ਪਹਿਲਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਖੋਲਾਂਗੇ ਜਿਹੜਾ ਮੜੇ-ਮੋਟੇ ਵੱਟ ਨੇ ਉਹ ਕਲੀਅਰ ਹੋ ਜਾਣਗੇ ਚੰਗੀ ਤਰ੍ਹਾਂ ਸਾਫ਼ ਕਰਕੇ ਲੜ ਨੂੰ ਦੁਬਾਰਾ ਫੇਰ ਮੋੜਾਂਗੇ ਇਸ ਦਿਨ ਆਪਣੀ ਲੜ ਚ ਬਿਲਕੁਲ ਸਫਾਈ ਆ ਜਾਂਦੀ ਹੈ ਜੋ ਬਦ ਦੂਜੀ ਵਾਰੀ ਟਵਿਸਟ ਕਰਦੇ ਨਾ ਹਲਕਾ ਜਿਹਾ ਲੜ ਮੋਟਾ ਹੋ ਜਾਂਦਾ ਉਸ ਨੂੰ ਪਤਲਾ ਕਰਨ ਲਈ ਆਪਾਂ ਥੋੜਾ ਜਿਹਾ ਲੜ ਨੂੰ ਬਾਅਦ ਵਿੱਚ ਖੋਲਦਾਂਗੇ ਵੀਡੀਓ ਵਿੱਚ ਧਿਆਨ ਨਾਲ ਵੇਖਿਓ ਕਿਸ ਤਰੀਕੇ ਨਾਲ ਮੈਂ ਖੋਲਿਆ ਇਹ ਲੜ ਦੋ ਤੇ ਹਲਕਾ ਹਲਕਾ ਹੱਥਾਂ ਨਾਲ ਖਿੱਚ ਕੇ ਲੜ ਪਤਲਾ ਕਰ ਲੈਣਾ ਮੋٹے ਲੜ ਲਗਾਵਾਂਗੇ ਤਾਂ ਉਹ ਦੇਖਣ ਦੇ ਵਿੱਚ ਨੂੰ ਲੁੱਕ ਵਧੀਆ ਨਹੀਂ ਆਉਂਦੀ ਦਸਤਾਰ ਦੀ ਕੋਸ਼ਿਸ਼ ਕਰਨੀ ਹੈ ਕਿ ਬਰੀਕ ਲੜ ਹੀ ਲਗਾਉ ਬਾਅਦ ਦੇ ਵਿੱਚ ਬਾਜ ਵੀ ਮਾਰਨਾ ਆਪਾਂ ਉਸ ਦੇ ਨਾਲ ਵੀ ਥੋੜੇ ਬਹੁਤ ਲੜ ਮੋٹے ਹੋਣਗੇ ਹੁਣ ਆਪਾਂ ਬਾਜ ਦੇ ਨਾਲ ਸਫਾਈ ਕਰਾਂਗੇ ਹਲਕਾ ਹਲਕਾ ਕਪੜਾੰਦ ਨੂੰ ਫੋਲਡ ਕਰਕੇ ਲੜ ਚ ਸਫਾਈ ਲਿਆਉਣੀ ਹੈ ਇੱਕ ਵਾਰੀ ਆਪਾਂ ਜਿਹੜੀ ਸਫਾਈ ਕਰਾਂਗੇ ਬਲੱਡ ਲਗਾਉਂਦੇ ਲਗਾਉਂਦੇ ਨਾਲ-ਨਾਲ ਵੀ ਕਰਾਂਗੇ ਬਾਅਦ ਦੇ ਵਿੱਚ ਪੂਰੀ ਦਸਤਾਰ ਕੰਪਲੀਟ ਹੋਣ ਤੋਂ ਬਾਅਦ ਇੱਕ ਵਾਰੀ ਫੇਰ ਸਫਾਈ ਕਰਾਂਗੇ ਤਾਂ ਕਿ ਜਿਹੜੀ ਆਪਣੇ ਪੂਰੀ ਦਸਤਾਰ ਦੀ ਓਵਰਆਲ ਲੁੱਕ ਆ ਸੈੱਟ ਹੋ ਜਾਵੇ ਇੱਕ ਵਾਰੀ ਹੁਣ ਆਪਾਂ ਸਫਾਈ ਕਰਨੀ ਹੈ ਨਾਲ-ਨਾਲ ਲਗਾਉਂਦੇ ਹੋਏ ਇੱਕ ਵਾਰੀ ਆਪਾਂ ਬਿਲਕੁਲ ਦਸਤਾਰ ਦੇ ਐਂਡ 'ਚ ਕਰਾਂਗੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਵੀ ਜਿਹੜੇ ਦਸਤਾਰ ਸਿੱਖਣ ਦੇ ਚਾਹਵਾਂ ਨੇ ਜਿਨ੍ਹਾਂ ਨੂੰ ਦਸਤਾਰ ਦਾ ਸ਼ੌਂਕ ਆ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਦਸਤਾਰਾਂ ਸਜਾਉਣੀਆਂ ਇਸ ਚੈਨਲ ਤੋਂ ਸਿੱਖ ਸਕਣ ਜਿਹੜੀ ਵੀ ਚੀਜ਼ ਤੇ ਤੁਹਾਨੂੰ ਪ੍ਰੋਬਲਮ ਆ ਚੈਨਲ ਤੇ ਵਿਜ਼ਿਟ ਕਰੋ ਮੋਸਟਲੀ ਵੀਡੀਓਜ਼ ਆਪਣੀਆਂ ਜਿਹੜੀ ਦਸਤਾਰ ਨਾਲ ਰਿਲੇਟਡ ਨੇ ਅਪਲੋਡ ਹੋ ਚੁੱਕੀਆਂ ਨੇ ਅੰਮ੍ਰਿਤਸਰ ਸ਼ਾਹੀ ਦਸਤਾਰ ਵਟਾਂ ਵਾਲੀ ਦਸਤਾਰ ਪੇਚਾਂ ਵਾਲੀ ਦਸਤਾਰ ਜਿਹੜੀ ਦਸਤਾਰ ਇਸ ਟਾਈਮ ਆਪਾਂ ਸਜਾ ਰਹੇ ਆ ਇਸ ਦਾ ਟਿਊਟੋਰੀਅਲ ਵੀ ਆਪਣੇ ਚੈਨਲ ਤੇ ਪਹਿਲਾਂ ਹੀ ਅਪਲੋਡਿਆ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਦੇਖ ਸਕਦੇ ਹੋ ਵਟਾਂ ਵਾਲੀ ਦਸਤਾਰ ਦੇ ਵਿੱਚ ਵੀ ਦੋ ਤੋਂ ਤਿੰਨ ਤਰੀਕੇ ਨਾਲ ਵਟ ਪਾਉਣੇ ਦੱਸੇ ਨੇ ਚੈਨਲ ਤੇ ਹਰੇਕ ਵੀਡੀਓ ਦੇ ਵਿੱਚ ਮੈਂ ਅਲੱਗ ਤਰੀਕੇ ਨਾਲ ਹੀ ਵਟ ਪਾਏ ਨੇ ਅਲੱਗ ਸ਼ੇਪ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜੀ ਜਿਹੜੇ ਵੀ ਵੀਰ ਨੂੰ ਜਿਸ ਤਰੀਕੇ ਦੀ ਦਸਤਾਰ ਪਸੰਦ ਆ ਉਹ ਉਸ ਤਰੀਕੇ ਦੀ ਦਸਤਾਰ ਸਿੱਖ ਸਕੇ ਮੋਸਟਲੀ ਅਮਨੇ ਚੈਨਲ ਤੇ ਵਟਾਂ ਵਾਲੀਆਂ ਵੀਡੀਓਜ਼ ਨੇ ਵਟਾਂ ਵਾਲੀ ਪੱਗ ਕਿਵੇਂ ਸਜਾਉਣੀ ਹੈ ਕਿਉਂਕਿ ਉਹ ਟ੍ਰੈਂਡਿੰਗ ਦਸਤਾਰ ਆ ਮੋਸਟਲੀ ਉਹੀ ਦਸਤਾਰ ਨੂੰ ਵੀਰ ਸਿੱਖਣਾ ਚਾਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਦਸਤਾਰ ਦੀ ਸ਼ੇਪ ਤੇ ਸਫਾਈ ਕਿੰਨੀ ਸੋਹਣੀ ਆ ਰਹੀ ਹੈ ਫਰੰਟ ਸਾਈਡ ਤੋਂ ਆਪਾਂ ਨਾ ਦਸਤਾਰ ਨੂੰ ਨਾਲ-ਨਾਲ ਦੱਬੀ ਜਾਣਾ ਤਾਂ ਕਿ ਆਪਣੀ ਦਸਤਾਰ ਤਿੱਖੀ ਨਾ ਹੋਵੇ ਅੰਮ੍ਰਿਤਸਰ ਸ਼ਾਈ ਦਸਤਾਰ ਇੱਕ ਦੇ ਦੋ ਪੇਜ ਉਹਦਾ ਟਿਊਟੋਰੀਅਲ ਵੀ ਆਪਣੇ ਚੈਨਲ ਤੇ ਅਪਲੋਡ ਹੈ ਆ ਉਹ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਮਤਲਬ ਜਿਹੜੀ ਦਸਤਾਰ ਤੁਹਾਨੂੰ ਪਸੰਦ ਆ ਉਸ ਦਾ ਟਿਊਟੋਰੀਅਲ ਤੁਹਾਨੂੰ ਸਾਡੇ ਚੈਨਲ ਤੇ ਮਿਲ ਜੂਗਾ ਜੇ ਕੋਈ ਟਿਊਟੋਰੀਅਲ ਤੁਹਾਨੂੰ ਡਿਮਾਂਡ ਤੇ ਚਾਹੀਦਾ ਉਹ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਉਸ ਦਾ ਟਿਊਟੋਰੀਅਲ ਵੀ ਲੈ ਕੇ ਆਈਏ ਉਹਨੂੰ ਦਸਤਾਰ ਦਾ ਆਪਾਂ ਲਗਾਉਣ ਲੱਗੇ ਆਂ ਪੰਜਵਾਂ ਲੜ ਜਿਸ ਤਰੀਕੇ ਨਾਲ ਆਪਾਂ ਪਹਿਲੇ 4 ਲੜ ਲਗਾਏ ਨੇ ਉਸੇ ਤਰੀਕੇ ਨਾਲ ਇਸ ਲੜ ਨੂੰ ਵੀ ਲਗਾਉਣਾ ਹੈ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਦਸਤਾਰ ਸਜਾਉਣ ਲੱਗੇ ਜਿਹੜੇ ਆਪਣਾ ਸੈਂਟਰ ਤੇ ਆਪਾਂ ਲੜ ਮੋੜ ਰਿਆ ਫਰੰਟ ਤੇ ਉਹ ਇੱਕ ਜਗ੍ਹਾ ਤੋਂ ਹੀ ਮੁੜੇ ਹੋਣ ਸੈਂਟਰ ਪੁਆਇੰਟ ਇੱਕ ਜਗ੍ਹਾ ਤੇ ਹੀ ਸੋਹਣਾ ਲੱਗਦਾ ਕੋਈ ਵੀ ਦਸਤਾਰ ਤੁਸੀਂ ਸਜਾ ਰਹੇ ਹੋ ਵਟਾਂ ਵਾਲੀ ਪੇਚਿਆਂ ਵਾਲੀ ਅੰਮ੍ਰਿਤਸਰ ਸ਼ਾਈ ਦਸਤਾਰ ਜਾਂ ਕੋਈ ਵੀ ਦਸਤਾਰ ਤੁਸੀਂ ਸਜਾ ਰਹੇ ਹੋ ਹਰੇਕ ਦਸਤਾਰ ਦਾ ਸੈਂਟਰ ਪੁਆਇੰਟ ਇੱਕ ਜਗ੍ਹਾ ਤੇ ਹੀ ਸੋਣ ਲੱਗਦਾ ਹੈ ਜਿਸ ਤਰਿਕੇ ਨੂੰ ਤੁਸੀਂ ਵੀਡੀਓ ਵਿੱਚ ਵੇਖੋ ਜਿਵੇਂ ਮੇਰੇ ਪੰਜ ਲੜ ਲੱਗ ਚੁੱਕੇ ਨੇ ਪੰਜੇ ਦੇ ਪੰਜੇ ਇੱਕ ਜਗ੍ਹਾ ਤੋਂ ਹੀ ਨਿਕਲ ਰਹੇ ਨੇ ਇਸ ਦਸਤਾਰ ਚ ਮੇਨ ਜਿਹੜੀ ਆਪਾਂ ਚੀਜ਼ ਨੋਟਿਸ ਰੱਖਣੀ ਆ ਜਿਹੜੇ ਆਪਣੇ ਲੈਫਟ ਸਾਈਡ ਤੇ ਲੜਨੇ ਉਹ ਨੀਚੇ ਵਾਲੀ ਸਾਈਡ ਤੋਂ ਉੱਪਰ ਨੂੰ ਜਾਣਗੇ ਹਲਕੇ ਹਲਕੇ ਗੈਪ ਤੇ ਤੇ ਜਿਹੜੇ ਰਾਈਟ ਸਾਈਡ ਵਾਲੇ ਲੜਨੇ ਉਹ ਉੱਪਰ ਵਾਲੀ ਜਗ੍ਹਾ ਤੋਂ ਥੱਲੇ ਨੂੰ ਆਉਣਗੇ ਹਲਕੇ ਹਲਕੇ ਗੈਪ ਤੇ ਬਾਜ ਨਾਲ 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 ਸਫਾਈ ਕਰੀ ਜਾਣੀ ਹੈ ਹਜੇ ਦਸਤਾਰ ਵਿੱਚ 19 ਬਾਈ ਨਹੀਂ ਹੈਗੀ ਜਦੋਂ ਦਸਤਾਰ ਆਪਣੀ ਕੰਪਲੀਟ ਹੋਏਗੀ ਉਸ ਟਾਈਮ ਆਪਾਂ ਪੂਰੀ ਸਫਾਈ ਕਰਾਂਗੇ ਵਧੀਆ ਤਰੀਕੇ ਨਾਲ ਦਸਤਾਰ ਸਿਉਣ ਦੇ ਵੇਲੇ ਮੋਸਟਲੀ ਮੈਂ ਸ਼ੇਪ ਵੱਲ ਧਿਆਨ ਦਿੰਦਾ ਸਫਾਈ ਦਾ ਧਿਆਨ ਬਿਲਕੁਲ ਐਂਡ ਦੇ ਵਿੱਚ ਜਦੋਂ ਦਸਤਾਰ ਪੂਰੀ ਕੰਪਲੀਟ ਹੋ ਜਾਂਦੀ ਆ ਉਦੋਂ ਸਫਾਈ ਕਰਦਾ ਮੋਸਟਲੀ ਜਿਹੜਾ ਦਸਤਾਰ ਸਿਉਣ ਦੇ ਵਿੱਚ ਟਾਈਮ ਲੱਗਦਾ ਹੈ ਉਹ ਸਫਾਈ ਦਾ ਹੀ ਹੁੰਦਾ ਦਸਤਾਰ ਆਪਣੀ ਲਗਭਗ 7 ਤੋਂ 8 ਮਿੰਟ ਚ ਕੰਪਲੀਟ ਹੋ ਜਾਂਦੀ ਆ ਜੇ ਤੁਸੀਂ ਵਧੀਆ ਆਰਾਮ ਨਾਲ ਸਜਾ ਰਹੇ ਹੋ ਦਸਤਾਰ ਤਾਂ 7 ਤੋਂ 8 ਮਿੰਟ ਵਿੱਚ ਕੰਪਲੀਟ ਹੋ ਜਾਂਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਹੁਣ 6 ਮਿੰਟ ਹੋ ਗਏ ਨੇ ਆਪਣੀ ਵੀਡੀਓ ਤੇ 6 ਲੜਾਂ ਆਪਣੇ ਲੱਗ ਚੁੱਕੇ ਨੇ ਲਗਭਗ ਮਿਲ ਕੇ 6 ਲੜਾਂ ਵਾਲੀ ਦਸਤਾਰ ਹੁੰਦੀ ਆ ਤਾਂ 7 ਤੋਂ 8 ਮਿੰਟ ਬਹੁਤ ਹੁੰਦੇ ਨੇ ਬਟ ਜਦੋਂ ਸਫਾਈ ਕਰਨ ਦੀ ਗੱਲ ਆਉਂਦੀ ਹੈ ਸਫਾਈ ਤੇ ਆਪਣਾ ਜਿੰਨਾ ਟਾਈਮ ਲਗਾਈ ਜਾਵਾਂਗੇ ਓਨੀ ਦਸਤਾਰ ਹੋਣ ਸੋਹਣੀ ਲੱਗੀ ਜਾਊਗੀ ਮੇਰੀ ਕੋਈ ਵੀ ਦਸਤਾਰ ਮੈਂ ਸਜਾਉਣਾ 10 ਤੋਂ 12 ਮਿੰਟ ਦੇ ਵਿੱਚ ਕੰਪਲੀਟ ਹੋ ਜਾਂਦੀ ਆ ਅੰਮ੍ਰਿਤਸਰ ਸ਼ਾਈ ਦਸਤਾਰ ਨੂੰ ਵੱਧ ਤੋਂ ਵੱਧ 15 ਮਿੰਟ ਲੱਗ ਜਾਂਦੇ ਨੇ ਪਰ ਬਾਅਦ ਦੇ ਵਿੱਚ ਜਿਹੜੀ ਸਫਾਈ ਕਰਨੀ ਹੁੰਦੀ ਆ ਉਸ ਤੇ ਮੈਂ 10 ਤੋਂ 15 ਮਿੰਟ ਅਲੱਗ ਜ਼ਰੂਰ ਲਗਾਉਣਾ ਜਿਵੇਂ ਹੁਣ 7 ਮਿੰਟ ਦੇ ਵਿੱਚ 6 ਲੜ ਲੱਗੇ ਨੇ ਆਪਣੇ 10 ਤੋਂ 12 ਮਿੰਟ ਦੇ ਵਿੱਚ ਦਸਤਾਰ ਕੰਪਲੀਟ ਹੋ ਜਾਊਗੀ ਤੇ ਬਾਅਦ ਦੇ ਵਿੱਚ ਜਿੰਨਾ ਵੀ ਟਾਈਮ ਲੱਗੂਗਾ ਉਹ ਸਫਾਈ ਦਾ ਲੱਗੂਗਾ ਇਸ ਵੀਡੀਓ ਵਿੱਚ ਮੈਂ ਥੋੜੇ ਜਿਹਾ ਸੀਨ ਸਫਾਈ ਵਾਲੇ ਕੱਟੇ ਨੇ ਕਿਉਂਕਿ ਉਹ ਜ਼ਰੂਰੀ ਨਹੀਂ ਸੀਗੇ ਵੇਖਣੇ ਮੇਨ ਮੇਨ ਸੀਨ ਆਪਾਂ ਜਦ ਕਦੇ ਵੀ ਨਹੀਂ ਕੱਟਦੇ ਜਿਹੜੇ ਚੀਜ਼ਾਂ ਤੋਂ ਤੁਹਾਨੂੰ ਜਿਹੜੇ ਸੀਨਸ ਤੋਂ ਤੁਹਾਨੂੰ ਵੇਖ ਕੇ ਸਿੱਖਣ ਨੂੰ ਮਿਲਦਾ ਸਿਰਫ ਉਹ ਸੀਨ ਕੱਟੀ ਦੇਣੇ ਜਿਹੜੇ ਮਲਕੀ ਜਦੋਂ ਇਧਰ ਉਧਰੋ ਸਮਾਨ ਚੱਕਣਾ ਹੁੰਦਾ ਜਾਂ ਫਿਰ ਕੁਝ ਹੋਰ ਕੰਮ ਦੇ ਸੀਨ ਨਹੀਂ ਹੁੰਦੇ ਉਹ ਆਪਾਂ ਕੱਟ ਦੇਈਦੇ ਨੇ ਉਹ ਸੀਨ ਕੱਟਣ ਦਾ ਵੀ ਕੋਈ ਰੀਜ਼ਨ ਆ ਕਿਉਂਕਿ ਵੀਡੀਓ ਦੀ ਲੈਂਥ ਬਹੁਤ ਲੰਬੀ ਹੋ ਜਾਂਦੀ ਹੈ 25 25 20 20 25 25 ਮਿੰਟ ਦੀ ਵੀਡੀਓ ਹੁੰਦੀਆਂ ਨੇ ਤੇ ਇੰਨੀ ਲੰਬੀ ਵੀਡੀਓ ਆਪਣਾ ਜਿਹੜੇ ਵਿਊਅਰਸ ਨੇ ਸਬਸਕ੍ਰਾਈਬਰ ਨੇ ਉਹ ਦੇਖਣਾ ਕੋਈ ਉਹ ਪਸੰਦ ਕਰਦਾ ਮੈਂ ਕਿ ਆਪਣੀ ਇੰਨੀ ਲੰਬੀ ਲੈਂਥ ਦੀ ਵੀਡੀਓ ਆਵੇ। ਸੋ ਥੋੜੀ ਜੀ ਕੋਸ਼ਿਸ਼ ਕਰਦੇ ਆ ਕਿ ਛੋਟੀ ਵੀਡੀਓ ਬਣਾਈਏ ਤੇ ਸਖਣ ਨੂੰ ਉਹਦੇ ਵਿੱਚ ਵੱਧ ਮਿਲੇ। ਸੋ ਮੇਨ ਮੇਨ ਚੀਜ਼ਾਂ ਵਾਲੇ ਸੀਨ ਆਪਾਂ ਰੱਖ ਦਈਦੇ ਨੇ ਜਿਹੜੇ ਵੇਸਟ ਸੀਨ ਨੇ ਉਹ ਆਪਾਂ ਵੀਡੀਓ ਦੇ ਵਿੱਚੋਂ ਕੱਟ ਦਈਦੇ ਨੇ। ਕੁਝ ਵੀਡੀਓ ਇਹ ਜਿਹੀਆਂ ਵੀ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਪੂਰੀ ਜਿਹੀ ਪੂਰੀ ਦਸਤਾਰ ਆਪਾਂ ਸਜਾਉਂਦੇ ਵਿਖਾਈ ਹੋਈ ਹੈ। ਜ਼ਰੂਰੀ ਨਹੀਂ ਹਰੇਕ ਵੀਡੀਓ ਦੇ ਵਿੱਚ ਕੱਟਦੇ ਆ। ਕਈ ਵੀਡੀਓਜ਼ ਪੂਰੀ ਲੈਂਥ ਵਾਲੀਆਂ ਵੀ ਅਪਲੋਡ ਨੇ 25-25 ਮਿੰਟ ਦੀਆਂ ਵੀਡੀਓਜ਼ ਵੀ ਹੈਗੀਆਂ ਨੇ ਅੱਧ-ਅੱਧ ਘੰਟੇ ਦੀਆਂ। ਅਜੇ ਮੈਂ ਕਿ ਹੁਣ ਆਪਾਂ ਦਸਤਾਰ ਦੇ ਵਿੱਚ ਸੀਨ ਨਹੀਂ ਕੱਟਿਆ ਹੈਗਾ ਆਪਾਂ ਥੋੜੀ ਜਿਹੀ ਸਪੀਡ ਤੇਜ਼ ਕਰਤੀ ਮੋਟੀਵਾ ਪਣਾਏ ਹੁੰਦਾ ਫਸ ਤੋਂ ਨੂੰ ਸਿੱਖਣ ਨੂੰ ਮਿਲੇ ਦਸਤਾਰ ਵੀਡੀਓਜ਼ ਦੇਖ ਕੇ ਕੁਛ ਨਾ ਕੁਛ ਹੁਣ ਆਪਣੀ ਦਸਤਾਰ ਦੇ 6 ਲੜ ਲੱਗ ਚੁੱਕੇ ਨੇ ਤੇ ਬਾਅਦ ਦੇ ਵਿੱਚ ਆਪਾਂ ਜਿਹੜਾ ਸਭ ਤੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਆਪਾਂ ਨੂੰ ਖਿੱਚ ਕੇ ਉਸ ਦਿਨ ਆਪਾਂ ਸਿਰ ਕਵਰ ਕਰਾਂਗੇ ਆਪਣੀ ਦਸਤਾਰ ਪੂਰੀ ਕੰਪਲੀਟ ਹੋ ਚੁੱਕੀ ਆ ਸਿਰਫ ਆਖਰੀ ਕਲਗੀ ਵਾਲਾ ਲੜ ਲੱਗਣਾ ਰਹਿ ਗਿਆ ਉਹ ਤੁਹਾਡੀ ਇੱਛਾ ਹੋਊਗੀ ਜੇ ਤੁਸੀਂ ਦਸਤਾਰ ਸਜਾ ਲਈ ਤੁਹਾਡੀ ਸ਼ੇਪ ਦੇ ਕੋਲਿੰਗ ਲਈ ਤੁਸੀਂ ਲੜ ਨੂੰ ਸਿੱਧਾ ਲਾਉਣਾ ਕਿ ਮੋੜ ਕੇ ਲਾਉਣਾ ਮੈਂ ਮੋੜ ਕੇ ਲੜ ਮੋੜ ਕੇ ਲਾਉਣੀ ਪਸੰਦ ਕਰਦਾ ਸਿੱਧਾ ਲਾਣਾ ਜਿਆਦਾ ਹੀ ਸਿੰਪਲ ਜਿਹਾ ਲੱਗਦਾ ਮੈਨੂੰ ਸੋ ਆਪਾਂ ਮੋੜ ਕੇ ਲੜ ਲਗਾਈਦਾ ਬੈਕ ਸਾਈਡ ਤੁਸੀਂ ਲੜ ਦੇਖ ਸਕਦੇ ਹੋ ਜਿਹੜੇ 6 ਲੜ ਆਪਣੇ ਬੈਕ ਸਾਈਡ ਤੇ ਪੰਜ ਲੜ ਨੇ ਉਹ ਕਿਸ ਤਰੀਕੇ ਨਾਲ نیچے ਆ ਰਹੇ ਨੇ ਦਿਖ ਰਹੇ ਨੇ ਤੇ ਇੱਧਰਲੀ ਸਾਈਡ ਤੋਂ ਦਸਤਾਰ ਆਪਣੀ ਉੱਪਰ ਨੂੰ ਜਾ ਰਹੀ ਆ ਪਟਿਆਲਾ ਸ਼ਾਹੀ ਸ਼ੇਪ ਹੀ ਮੇਨ ਇਹ ਹੁੰਦੀ ਆ ਜਿਹੜੇ ਆਪਣੇ ਰਾਈਟ ਸਾਈਡ ਵਾਲੇ ਲੜਨੇ ਉਹ ਨੀਚੇ ਨੂੰ ਆਉਣ ਜਿਹਨੇ ਨੀਚੇ ਨੂੰ ਆ ਸਕਦੇ ਨੇ ਤੇ ਲੈਫਟ ਸਾਈਡ ਵਾਲੇ ਜਿੰਨੇ ਉੱਪਰ ਨੂੰ ਜਾ ਸਕਦੇ ਨੇ ਬੈਕ ਸਾਈਡ ਤੋਂ ਜਿਹੜਾ ਸਿਰ ਹੋਏਗਾ ਉਹ ਬਿਲਕੁਲ ਛੋਟਾ ਹੋਊਗਾ ਦਸਤਾਰ ਦੀ ਸ਼ੇਪ ਗੋਲ ਹੋਏਗੀ ਜਿਹੜੀ ਦਸਤਾਰ ਦੀ ਸ਼ੇਪ ਗੋਲ ਨਹੀਂ ਹੋਏਗੀ ਤੇ ਟੇਢੀ ਕੱਟ ਹੋਊਗੀ ਉਹਨੂੰ ਆਪਾਂ ਸੈਮੀ ਪਟਿਆਲਾ ਸ਼ਾਈ ਦੇ ਵਿੱਚ ਗਿਣਾਂਗੇ ਜਿਹੜੀਆਂ ਮੈਂ ਦਸਤਾਰ ਸਜਾਈ ਆ ਇਹ ਪਟਿਆਲਾ ਸ਼ਾਈ ਦੇ ਵਿੱਚ ਆਉਂਦੀ ਆ ਸੈਮੀ ਪਟਿਆਲਾ ਸ਼ਾਈ ਤੇ ਪਟਿਆਲਾ ਸ਼ਾਈ ਦੇ ਵਿੱਚ ਬਹੁਤ ਫਰਕ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਸਤਾਰ ਦਾ ਜਿਹੜਾ ਆਖਰੀ ਲੜਾ ਉਹ ਕਿੰਨਾ ਨੀਚੇ ਆ ਗਿਆ ਤੇ ਲੈਫਟ ਸਾਈਡ ਤੋਂ ਕਿੰਨਾ ਉੱਪਰ ਜਾ ਰਹੇ ਹੈ ਬੈਕ ਸਾਈਡ ਤੋਂ ਸਿਰ ਵੀ ਆਪਣਾ ਥੋੜਾ ਜਿਹਾ ਹੀ ਰਹਿ ਗਿਆ ਤੇ ਫਲਾਵਰ ਟ ਬਿਲਕੁਲ ਗੋਲ ਸ਼ੇਪ ਦੇ ਵਿੱਚ ਆ ਆਪਣੀ ਦਸਤਾਰ ਜੇ ਤੁਸੀਂ ਚਾਹੋ ਤਾਂ ਹੋਟ ਡੈਡੀ ਵੀ ਕਰ ਸਕਦੇ ਹੋ ਤੁਹਾਡੇ ਹੱਥ ਦੇ ਕੰਟਰੋਲ ਤੇ ਤੁਸੀਂ ਕਿੰਨੀ ਡੈਡੀ ਦਸਤਾਰ ਸਜਾ ਸਕਦੇ ਹੋ ਪਰ ਡੈਡੀ ਦਾ ਮਤਲਬ ਇਹ ਨਹੀਂ ਮਿਲ ਕਿ ਡੈਡੀ ਕਰੀ ਜਾਓ ਉਹਨੂੰ ਆਪਣਾ ਜਚਾਉਣਾ ਵੀ ਆਪਣੇ ਫੇਸ ਤੇ ਜਚਣੀ ਵੀ ਚਾਹੀਦੀ ਆ ਕਈ ਵੀਰ ਸਜਾ ਲੈਂਦੇ ਨੇ ਮਿਸਕਿ ਆਪਾਂ ਪਟਿਆਲੇ ਸ਼ੈਲੀ ਸਜਾਉਣੀ ਆ ਪਰ ਫੇਸ ਤੇ ਨਹੀਂ ਜਾਂਦੀ ਆਪਣੇ ਫੇਸ ਦੇ ਅਕੋਰਡਿੰਗਲੀ ਦਸਤਾਰ ਸਜਾਓ ਜਿਵੇਂ ਮੈਂ ਆਪਣੇ ਫੇਸ ਦੇ ਅਕੋਰਡਿੰਗਲੀ ਟੇਢੀ ਕਰਦਾ ਜਿਆਦਾ ਟੇਢੀ ਸੂਟ ਨਹੀਂ ਕਰਦੀ ਕੁਝ ਐਦਾਂ ਦੇ ਰੀਜ਼ਨ ਹੁੰਦੇ ਨੇ ਹਰੇਕ ਨੂੰ ਹੱਥ ਤੇ ਕੰਟਰੋਲ ਵੀ ਹੋਣਾ ਚਾਹੀਦਾ ਤੇ ਟੇਢੀ ਲੈ ਕੇ ਜਾਣ ਲਈ ਦਸਤਾਰ ਹਰੇਕ ਬੰਦਾ ਟੇਢੀ ਨਹੀਂ ਕਰ ਸਕਦਾ ਕੱਲ ਕੀ ਲੜ ਆਪਣਾ ਚੰਗੀ ਤਰ੍ਹਾਂ ਸਾਫ਼ ਕਰਨਾ ਵੱਟ ਪਾਉਣੇ ਨੇ ਧੱਕ ਦੀ ਸਿੱਧ ਚ ਪਿੰਨ ਨੂੰ ਹਲਕਾ ਜਿਹਾ ਸੈੱਟ ਕਰਨਾ ਜੇਕਰ ਪਿੰਨ ਸੈੱਟ ਨਾ ਹੋਵੇ ਤਾਂ ਦੁਬਾਰਾ ਕੱਢ ਕੇ ਦੁਬਾਰਾ ਲਾ ਲਿਆ ਕਰੋ ਇਸ ਦੇ ਨਾਲ ਹੀ ਆਪਣਾ ਜਿਹੜਾ ਕਲਗੀ ਵਾਲੇ ਲੜਦੇ ਲੁੱਕ ਬਣਨੀ ਆ ਉੱਪਰਲੀ ਸਾਈਡ ਟਕ ਇਨ ਕਰ ਦੇਣਾ ਦਸਤਾਰ ਦੀ ਸ਼ੇਪ ਦੇਖ ਰਹੇ ਹੋ ਤੁਸੀਂ ਕਿੰਨੇ ਸੋਹਣੇ ਆ ਆਪਣੀ ਜਿਹੜੀ 50 ਤੇ ਦਸਤਾਰ ਦਾ ਕੰਟਰਾਸਟ ਵੀ ਸੋਹਣਾ ਬਣ ਰਿਹਾ ਹੈ ਲਾਈਟ ਕਲਰ ਦੀ ਦਸਤਾਰ ਆ ਤੇ ਡਾਰਕ ਕਲਰ ਦੀ 50 ਆ ਇਸ ਦੇ ਉੱਪਰ ਵੀ ਆਪਾਂ ਟਿਊਟੋਰੀਅਲ ਲੈ ਕੇ ਆਵਾਂਗੇ ਕਿਹੜੀ ਦਸਤਾਰ ਨਾਲ ਕਿਸ ਤਰ੍ਹਾਂ ਦੀ 50 ਸ਼ਰਟ ਦੇ ਨਾਲ ਕੰਬੀਨੇਸ਼ਨ ਕਿਵੇਂ ਕਰੀਏ ਕੀਤੀਓ ਕੋਸ਼ਿਸ਼ ਕਰਾਂਗੇ ਅਪਲੋਡ ਕਰੀਏ ਕਈ ਵੀਰਾਂ ਨੂੰ ਕਨਫਿਊਜ਼ਨ ਹੋ ਜਿਵੇਂ ਕਿ ਦਸਤਾਰ ਸਜਾ ਲਈ ਆਪਾਂ 50 ਕਿਹੜੀ ਲਈਏ ਪੱਗ ਵੀ ਲੈ ਲਈ ਸ਼ਰਟ ਵੀ ਲੈ ਲਈ 50 ਦਾ ਨਹੀਂ ਪਤਾ ਲੱਗਦਾ ਕਿਹੜੀ ਲਈਏ ਇਸ ਬਾਰੇ ਵੀ ਡਿਟੇਲ ਵੀਡੀਓ ਆਊਗੀ ਪੱਗ ਦਾ ਕੱਪੜਾ ਵੀ ਦੱਸਾਂਗੇ ਉਸ ਦੇ ਵਿੱਚ ਕਿਹੜੇ ਵੀਰ ਲਈ ਕਿੰਨੀ ਕੁ ਲੈਂਥ ਕਿਹੜਾ ਕੱਪੜਾ ਤੇ ਕਿਹੜੀ 50 ਕਿਹੜਾ ਕਲਰ ਸੂਟ ਕਰਨਾ ਚਾਹੀਦਾ ਲੈਣਾ ਚਾਹੀਦਾ ਸਭ ਦੱਸਾਂਗੇ ਪੂਰੀ ਡਿਟੇਲ ਦੇ ਵਿੱਚ ਵੀਡੀਓ ਬਣਾਵਾਂਗੇ ਛੇਤੀਓ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਆਪਣੀ ਦਸਤਾਰ ਕੰਪਲੀਟ ਹੋ ਚੁੱਕੀ ਹੈ ਨਵੀਆਂ ਵੀਡੀਓਜ਼ ਚੈਨਲ ਤੇ ਆਉਂਦੀਆਂ ਰਹਿਣਗੀਆਂ ਚੈਨਲ ਨਾਲ ਜੁੜੇ ਰਹੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਦਸਤਾਰ ਦੀ ਸ਼ੇਪ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਨੈਕਸਟ ਵੀਡੀਓ ਕਿਸ ਚੀਜ਼ ਦੀ ਆਵੇ ਟਿਊਟੋਰੀਅਲ ਆਵੇ ਜਾਂ ਫਿਰ ਕੋਈ ਵਲੌਗ ਆਵੇ ਕਮੈਂਟ ਕਰਕੇ ਜਰੂਰ ਦੱਸਿਓ ਉਦੋਂ ਤੱਕ ਲਈ ਆਪਣਾ ਧਿਆਨ ਰੱਖਿਓ ਸੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ